ਹਾਂਜੀ ਪਿਆਰਿਓ, ਅਤੇ ਅੱਜ ਅਸੀਂ ਤੁਹਾਡੇ ਲਈ ਵਾਕਿਆ ਲੈ ਕੇ ਆਏ 1950 ਦਾ। ਇਹ ਸੁਣਿਓ ਪਾਕਿਸਤਾਨ ਦੇ ਬੜੇ ਸੁਪਰ ਸਟਾਰ ਅਦਾਕਾਰ ਯੂਸਫ ਖਾਨ ਦਾ ਅਤੇ ਸੰਤੋਸ਼ ਕੁਮਾਰ ਦਾ, ਕਿ ਇਹਨਾਂ ਯਾਰ ਕਿਵੇਂ ਇੱਕ ਦੂਸਰੇ ਦੇ ਨਾਲ ਫਿਲਮ ਦੇ ਸੈੱਟ ਦੇ ਉੱਤੇ ਹੀ ਇੱਕ ਦੂਜੇ ਨੂੰ ਥੱਪੜ ਮਾਰ ਦਿੱਤਾ, ਅਤੇ ਇਹ ਸਾਰਾ ਵਾਕਿਆ ਕੀ ਬਣਿਆ। ਅਤੇ ਜੇ ਸੁਣਿਓ ਇਹ ਵਾਕਿਆ ਤੁਸੀਂ ਪੂਰਾ ਸੁਣਨਾ ਚਾਹੁੰਦੇ ਜੇ, ਅਤੇ ਇਸ ਵੀਡੀਓ ਨੂੰ ਐਂਡ ਤੀਕਰਾਂ ਜ਼ਰੂਰ ਵੇਖੋ। ਅਤੇ ਜੇ ਪਿਆਰੇ ਹੋ ਤੁਸੀਂ ਇਸ ਚੈਨਲ 'ਤੇ ਨਵੇਂ ਆਏ, ਅਤੇ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਛੱਡੋ। 1950 ਦੀ ਦਹਾਈ ਦੇ ਵਿੱਚ ਸੁਣਿਓ ਸੰਤੋਸ਼ ਕੁਮਾਰ ਦਾ ਤੂਤੀ ਬੋਲਦਾ ਸੀ, ਅਤੇ ਬੜਾ ਵੱਡਾ ਸੁਪਰ ਸਟਾਰ ਸੀ ਉਸ ਟਾਈਮ ਦਾ। ਅਤੇ ਜਿਹੜਾ ਯੂਸਫ ਖਾਨ ਸੀ, ਇਹ ਸੁਣਿਓ ਐਕਸਟਰਾ ਰੋਲ ਕਰਦਾ ਸੀ, ਛੋਟੇ ਛੋਟੇ ਰੋਲ ਦਿੱਤੇ ਜਾਂਦੇ ਸਨ ਅਤੇ ਇਹ ਰੋਲ ਕਰਦਾ ਸੀ। ਅਤੇ ਇਹ ਵਾਕਿਆ ਸਾਰਾ ਕੀ ਬਣਿਆ ਕਿ ਯਾਰ ਇਹਨਾਂ ਫਿਲਮ ਦੀ ਸ਼ੂਟਿੰਗ ਦੇ ਦਰਮਿਆਨ ਹੀ ਫਿਲਮ ਦੇ ਸੈੱਟ ਦੇ ਉੱਤੇ ਹੀ ਇੱਕ ਦੂਜੇ ਨੂੰ ਥੱਪੜ ਮਾਰ ਦਿੱਤਾ। ਇਹ ਤੁਸੀਂ ਸੁਣੋਗੇ ਨਾ ਤੁਹਾਡੇ ਵੀ ਹੋਸ਼ ਗੁੰਮ ਹੋ ਕੇ ਰਹਿ ਜਾਣਗੇ ਕਿ ਯਾਰ ਇਹ ਬੰਦੇ ਇਹੋ ਜਿਹੇ ਸਨ। ਕੀ ਕਾਰ ਹੋਈ ਕਿ ਸੰਤੋਸ਼ ਕੁਮਾਰ ਦੀ 1950 ਦੇ ਵਿੱਚ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਫਿਲਮ ਦਾ ਨਾਂ ਹੈ ਹਸਰਤ। ਇਹਦੀ ਸੋਹਣਿਓ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਲੜਾਈ ਦੇ ਸੀਨ ਸਨ। ਅਤੇ ਜਦੋਂ ਸੋਹਣਿਓ ਲੜਾਈ ਦੇ ਸੀਨ ਸ਼ੁਰੂ ਹੋਏ ਨਾ, ਅਤੇ ਯੂਸਫ ਖਾਨ ਤੁਹਾਨੂੰ ਪਤਾ ਐਕਸਟਰਾ ਰੋਲ ਉਦੋਂ ਕਰ ਰਹੇ ਸਨ, ਅਤੇ ਇਹ ਸੁਪਰ ਸਟਾਰ ਸੀ ਸੰਤੋਸ਼ ਕੁਮਾਰ। ਇਹਨੇ ਉਹਨੂੰ ਧੱਕਾ ਮਾਰਨਾ ਸੀ ਕਿ ਫਿਲਮ ਦੇ ਵਿੱਚ ਦਿਖਾਇਆ ਜਾਣਾ ਸੀ ਵੀ ਇਹਨੇ ਧੱਕਾ ਮਾਰ ਕੇ ਅਤੇ ਉਹਨੂੰ ਪਿਛਾਂ ਸੱਟਿਆ। ਅਤੇ ਇਹਨੇ ਜਦੋਂ ਸੋਹਣਿਓ ਧੱਕਾ ਮਾਰਿਆ, ਅਤੇ ਧੱਕਾ ਕੀ ਇਹਨੇ ਸੱਚੀ ਮੁੱਚੀ ਦੇ ਧੱਕਾ ਮਾਰ ਦਿੱਤਾ, ਉਹ ਪਿਛਾਂ ਜਾ ਡਿੱਗਿਆ ਲੱਕ ਪਰਨੇ। ਉਹ ਜਦੋਂ ਉੱਠਿਆ ਅਤੇ ਉਹਨੇ ਕਿਹਾ ਕਿ ਸੰਤੋਸ਼ ਕੁਮਾਰ ਸਾਹਿਬ ਇਹ ਕੀ ਕੀਤਾ ਜੀ। ਉਹਨੇ ਕਿਹਾ ਯਾਰ ਇਹ ਸੀਨ ਹੀ ਨਜ਼ਰਬੰਦ ਇੰਜ ਹੀ ਹੋਣਾ ਸੀ ਕਿ ਜਦੋਂ ਵਾਮ ਨੇ ਵੇਖਣਾ ਹੈ ਨਾ, ਅਤੇ ਉਦੋਂ ਉਹਨਾਂ ਨੂੰ ਮਜ਼ਾ ਹੀ ਇਸੇ ਸੀਨ ਦਾ ਹੀ ਆਉਣਾ ਹੈ ਕਿ ਯਾਰ ਯੂਸਫ ਖਾਨ ਡਿੱਗਾ ਕਿ ਇੰਜ। ਅਤੇ ਉਦੋਂ ਤਾਂ ਸੋਹਣਿਓ ਯੂਸਫ ਖਾਨ ਗੁੱਸੇ ਨੂੰ ਪੀ ਗਿਆ, ਅਤੇ ਖਾਂ ਪੁੱਤ ਸੀ ਉਹਨੇ ਗੱਲ ਦਿਲ 'ਤੇ ਲਿਖ ਲਈ। ਉਹਨੇ ਕਿਹਾ ਕੋਈ ਗੱਲ ਨਹੀਂ, ਉਹਨੇ ਕਿਹਾ ਕਿ ਜੇ ਤੂੰ ਅੱਜ ਮੇਰੇ ਨਾਲ ਕੀਤੀ ਨਾ ਇੰਜ, ਤਾਂ ਕੋਈ ਨਹੀਂ, ਕੋਈ ਟਾਈਮ ਬਣੇਗਾ ਤਾਂ ਤੈਨੂੰ ਦੱਸਾਂਗਾ। ਲੈ ਵੇਖੋ ਹੁਣ ਖਾਂ ਪੁੱਤਰ ਇਹਦੇ ਕੋਲੋਂ ਬਦਲਾ ਕਿੰਜ ਲੈਂਦਾ। ਹਾਲੇ ਚੰਦ ਹੀ ਨਾ ਸਿਰਫ ਮਹੀਨਾ ਤੋਂ ਡੇਢ ਮਹੀਨਾ ਗੁਜ਼ਰਿਆ, ਅਤੇ ਇਹਨਾਂ ਦੋ ਦੀ ਇਕੱਠੀ ਫਿਰ ਫਿਲਮ ਆ ਗਈ, ਅਤੇ ਯੂਸਫ ਖਾਂ ਐਕਸਟਰਾ ਹੀ ਕਰ ਰਹੇ ਸਨ ਅਤੇ ਸੰਤੋਸ਼ ਕੁਮਾਰ ਉਹਦੇ ਹੀਰੋ ਸਨ। ਅਤੇ ਹੁਣ ਕੀ ਹੋਇਆ ਕਿ ਉਸੇ ਲੜਾਈ ਦੇ ਫਿਰ ਸੀਨ ਆ ਗਏ, ਅਤੇ ਹੁਣ ਲੜਾਈ ਦੇ ਸੀਨ ਸੀ, ਅਤੇ ਅੱਗੋਂ ਜਿਹੜਾ ਨਾ ਇਹਨੇ ਵਾਰ ਦਾ ਜਵਾਬ ਵਾਰ ਕਰਨਾ ਸੀ ਕਿ ਉਹਨੇ ਲੱਤ ਮਾਰਨੀ ਸੀ, ਅਤੇ ਇਹਨੇ ਬਾਂਹ ਨਾਲ ਰੋਕ ਕੇ ਅਤੇ ਦੂਜੇ ਹੱਥ ਨਾਲ ਉਹਦੇ 'ਤੇ ਥੱਪੜ ਮਾਰਨਾ ਸੀ। ਯੂਸਫ ਖਾਨ ਨੇ ਆਖਿਆ ਦਿਲ 'ਚ, ਲੈ ਵੀ ਟਾਈਮ ਆ ਗਿਆ ਸੋਹਣਿਆ, ਖਾਂ ਜੇ ਇਹਦੇ ਸੱਟੀ ਨਾ ਪੁੱਠੇ ਹੱਥ ਵਾਲੀ ਤਾਂ ਸਵਾਦ ਨਹੀਂ ਆਉਣਾ। ਉੱਥੇ ਪਿਆਰਿਓ ਜਦੋਂ ਉਹਨੇ ਲੱਤ ਅੱਗੇ ਕੀਤੀ, ਇਹਨੇ ਖੱਬੀ ਬਾਂਹ ਦੇ ਨਾਲ ਰੋਕ ਕੇ ਸੱਜੀ ਆਉਂਦੇ ਆਹ ਕੰਨਾਂ ਵਾਲੀ ਸੱਟੀ, ਉਹ ਪਿਆਰਿਓ ਸੰਤੋਸ਼ ਕੁਮਾਰ ਨੇ ਨਾ ਕੰਨ ਦੇ ਉੱਤੇ ਹੀ ਹੱਥ ਰੱਖ ਲਿਆ, ਅਤੇ ਜਦੋਂ ਸੋਹਣਿਓ ਉਹਨੇ ਕੰਨ ਤੋਂ ਹੱਥ ਚੁੱਕਿਆ ਨਾ, ਅਤੇ ਲਹੂ ਦੇ ਨਾਲ ਭਰਿਆ, ਇੰਜ ਹੀ ਸਿਰ ਘੁਮਾ ਕੇ ਅਤੇ ਲਾ ਗਏ। ਅਤੇ ਯੂਸਫ ਖਾਨ ਨੂੰ ਕਹਿੰਦਾ, ਖਾਂ ਇਹ ਕੀ ਕੀਤਾ ਜੀ। ਉਹਨੇ ਕਿਹਾ, ਸੋਹਣਿਆ ਜਦੋਂ ਇਹ ਸੈਲਮੇ ਫਿਲਮ ਲੱਗਣੀ ਹੈ ਨਾ, ਅਤੇ ਦੁਨੀਆ ਨੇ ਵੇਖਣਾ, ਅਤੇ ਉਹਨਾਂ ਨੂੰ ਚਾਸੀ ਆ ਜਾਣਾ। ਉਹਨੂੰ ਫੱਟ ਗੱਲ ਉਹ ਚੇਤੇ ਆਈ, ਉਹਨੇ ਹਾਂ ਸਹੀ, ਖਾਂ ਖਾਂ ਹੀ ਹੈ ਵੀ ਇਹਨੇ ਆਪਦਾ ਬਦਲਾ ਲੈ ਲਿਆ। ਅਤੇ ਇਸ ਤਰ੍ਹਾਂ ਸੋਹਣਿਓ ਯੂਸਫ ਖਾਨ ਨੇ ਆਪਦੀ ਧੱਕੇ ਦਾ ਬਦਲਾ ਲਿਆ ਸੀ ਸੰਤੋਸ਼ ਕੁਮਾਰ ਕੋਲੋਂ। ਅਤੇ ਇਸ ਟਾਈਮ ਸੋਹਣਿਓ ਦੋਵੇਂ ਹੀ ਵੱਡੇ ਅਦਾਕਾਰ, ਵੱਡੇ ਫਨਕਾਰ ਇਸ ਦੁਨੀਆ ਤੋਂ ਟੁਰ ਗਏ ਨੇ, ਸਭ ਨੇ ਟੁਰ ਜਾਣਾ, ਅਤੇ ਉਹਨਾਂ ਦੀਆਂ ਗੱਲਾਂ ਹਾਲੇ ਵੀ ਸਾਡੇ ਦਿਲਾਂ 'ਚ ਵੱਸਦੀਆਂ ਨੇ,
ਤੇ ਜੇ ਸੋਹਣਿਓ ਤੁਸੀਂ ਮਜ਼ੀਦ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁਣਨਾ ਚਾਹੁੰਦੇ ਜੀ ਤੇ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਵੇਖ ਰਹੇ ਜੇ।